ਅੱਜ ਮਾਤਾ ਵੈਸ਼ਨੋ ਦੇਵੀ ਚੌਂਕ ਫਲੌਰ ਵਿਖੇ ਦੋ ਨੌਜਵਾਨ ਆਪਸ ਵਿੱਚ ਭਿੜ ਗਏ। ਨੌਜਵਾਨ ਹਨੀ ਨੇ ਦੱਸਿਆ ਕਿ ਮੈਂ ਹੈਪੀ ਕੋਲੋਂ 5000 ਰੁਪਏ ਲੈਣੇ, ਪਰ ਜਦੋਂ ਮੈਂ ਹੈਪੀ ਨੂੰ ਪੁੱਛਿਆ ਮੇਰੇ ਪੈਸੇ ਕਦੋਂ ਦੇਣੇ, ਇੰਨਾ ਪੁੱਛਣ ਤੇ ਹੈਪੀ ਨੇ ਮੇਰੇ ਉੱਪਰ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ। ਉੱਧਰ ਜਦੋਂ ਹੈਪੀ ਨਾਲ ਇਸ ਸੰਬੰਧ ਵਿੱਚ ਗੱਲ ਕੀਤੀ ਤਾਂ ਹੈਪੀ ਨੇ ਕਿਹਾ, ਹਨੀ ਮੇਰੇ ਭਰਾ ਨੂੰ ਨਸ਼ੀਲੇ ਕੈਪਸੂਲ ਦਿੰਦਾ ਹੈ, ਇੰਨਾ ਕਹਿਣ ਤੇ ਮੇਰੇ ਉੱਪਰ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ। ਦੋਵਾਂ ਨੌਜਵਾਨਾਂ ਨੂੰ ਲੋਕਾਂ ਨੇ ਸਿਵਲ ਹਸਪਤਾਲ ਫਲੌਰ ਵਿਖੇ ਦਾਖਲ ਕਰਵਾਇਆ। ਡਾਕਟਰ ਗੁਰਪ੍ਰੀਤ ਨੇ ਦੱਸਿਆ ਕਿ ਦੋਵਾਂ ਨੂੰ ਫਸਟ ਏਡ ਦੇ ਦਿੱਤੀ ਹੈ, MLR ਕੱਟ ਕੇ ਥਾਣਾ ਫਲੌਰ ਨੂੰ ਭੇਜ ਦਿੱਤੀ। ਥਾਣੇਦਾਰ ਹਰਭਜਨ ਨੇ ਕਿਹਾ ਕਿ ਦੋਵਾਂ ਦੇ ਬਿਆਨ ਲੈ ਕੇ ਜੋ ਵੀ ਕਸੂਰਵਾਰ ਹੋਵੇਗਾ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਫਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਹਨੀ ਇਹ ਵੀ ਮੇਰੇ ਨਾ ਮੈਂ ਬੰਦੇ ਤੋਂ ਪੈਸੇ ਲੈਣੇ ਸੀ, ਠੀਕ ਹੈ ਜੀ, ਜੋ ਪੈਸੇ ਮੰਗਦਾ ਉਹ ਤਾਂ ਮੈਨੂੰ ਕਹਿੰਦਾ ਜੋ ਕਰਨਾ ਕਰ ਲਾ, ਠੀਕ ਹੈ, ਤੇ ਮੈਂ ਹੁਣ ਜਦੋਂ ਮਾੜਾ ਜਿਹਾ ਜੇ ਮਾੜਾ ਜਿਹਾ ਹੁਣ ਮੈਂ ਧੱਕਾ ਮਾਰਿਆ, ਆਹ ਵੇਖੋ ਮੇਰੇ ਉਹਨਾਂ ਸੱਟਾਂ ਵੀ ਮਾਰੀਆਂ, ਵੇਖੋ ਦਾਤ ਤੌਰ ਤੇ ਤੇਜ਼, ਠੀਕ ਹੈ, ਮੇਰੇ ਤਾਂ ਛੋਟੀ ਸੀ ਮੈਂ ਕੀ ਕਰ ਸਕਦਾ, ਠੀਕ ਹੈ ਜੀ, ਮੇਰੇ ਖੜੇ ਤੇ ਉਹਨਾਂ ਨੇ ਆ ਕੇ ਪਹਿਲਾਂ ਧੱਕਾ ਮਾਰਿਆ, ਹੈਪੀ ਆਪਣੇ ਜੀ ਗੜੇ ਵਾਲਾ, ਗੜੇ ਦਾ ਜੀ, ਨਾਲ ਮੇਰੀ ਬਾਂਹ ਸਾਰੀ ਨੇ ਮਤਲਬ ਪਾੜੀ ਪਈ ਆ, ਮੇਰੇ ਦਾਤ ਲੱਗਾ ਤੇ ਬਾਂਹ ਤੇ ਵੀ ਕਿਰਪਾਨਾ ਦਾਤ ਚ ਵੀ ਫਸਿਆ, ਨਹੀਂ ਤੇ ਡਾਂਗਾ ਦੇ ਹੁਣ ਵੀ ਦੇ ਲੈ, ਡਾਂਗ ਛੋਟੀ ਆ, ਖੋਲ ਖੋਲ ਕੇ ਛੋਟੀ ਆ, ਦੇਖੋ ਬਾਕੀ ਇਹ ਮੇਰੀ ਬਾਂਹ ਅੰਦਰ ਸ਼ਾਇਦ ਮੇਰੇ ਖੋਲ ਹੀ ਕਰਤੀ, ਦੇਖੋ ਜੀ, ਆ ਦੇਖੋ ਜੀ ਮੇਰੇ ਦਾਤ ਮਾਰਿਆ ਉਹਨੇ, ਆ ਦੇਖੋ ਸਾਰੇ ਖੂਨ ਨਾਲ ਲੱਗਿਆ, ਠੀਕ ਹੈ ਜੀ, ਇਸ ਕਰਕੇ ਮੈਂ ਇਨਸਾਫ ਚਾਹੁੰਦਾ ਵਾਂ, ਇਹ ਨਾ ਹੋਵੇ ਜੀ ਹੁਣ ਮੇਰੇ ਤੋਂ ਕੋਈ ਘਾਟਾ ਹੋਵੇ, ਵੀਰੇ ਮੈਂ ਨਾ ਉਹਦਾ ਘਾਟਾ ਕਰਨਾ, ਇਸ ਤੋਂ ਪਹਿਲਾਂ ਜੀ ਉਹਨਾਂ ਵੀ ਮੈਨੂੰ ਇਨਸਾਫ ਚਾਹੀਦਾ ਜੀ। ਹੈਪੀ ਭਾਜੀ ਮੇਰਾ ਨਾਮ ਆ, ਇਹ ਭਾਜੀ ਮੇਰਾ ਜਿਹੜਾ ਛੋਟਾ ਭਰਾ ਵਾ ਉਹਨੂੰ ਇਹ ਕੈਪਸੂਲ ਦਿੰਦਾ ਸੀਗਾ ਖਾਣ ਨੂੰ, ਠੀਕ ਹੈ ਜੀ, ਮੈਨੂੰ ਕਹਿਣਾ ਗੇ ਵੀਰੇ ਇਹਨੂੰ ਨਾ ਦਿਆ ਕਰ ਮੇਰੇ ਛੋਟੇ ਭਰਾ ਨੂੰ, ਤੇ ਇਹਨੇ ਮੈਨੂੰ ਗਾਲ ਕੱਢਤੀ, ਮੈਂ ਵੀ ਮੋਰੇ ਗਾਲ ਕੱਢਤੀ, ਇਹ ਜਾ ਕੇ ਦਾਤ ਲਿਆ, ਮੈਂ ਘਰ ਨੂੰ ਆ ਰਿਹਾ ਸੀ ਆਪਣੇ, ਇਹ ਮੇਰੇ ਦਾਤ ਸਾਈਡ ਚ ਮਾਨ ਲੱਗਾ ਸੀਗਾ, ਉਹ ਮੁੰਡੇ ਕਿਸੇ ਨੇ ਫੜ ਲਿਆ ਹੱਥ ਚ, ਠੀਕ ਹੈ ਜੀ, ਉਦੋਂ ਬਾਅਦ ਮੈਂ ਕਿਹਾ ਕੀ ਗੱਲ ਹੋਈ, ਇਹਨੇ ਦਾਤ ਕੱਢ ਲਿਆ, ਕਹਿੰਦਾ ਹੁਣ ਦੱਸ, ਠੀਕ ਹੈ ਜੀ, ਇਹਦਾ ਫਿਰ ਇਹਨੇ ਮੇਰੇ ਦਾਤ ਇੱਥੇ ਮਾਰਿਆ, ਠੀਕ ਹੈ ਜੀ, ਫਿਰ ਮੇਰਾ ਦਾਤ ਖੋਲਿਆ, ਫਿਰ ਮੇਰੇ ਕੋਲ ਇਹਦੇ ਦਾਤ ਵੱਜਿਆ ਗਿਆ ਜੀ, ਉਹਦੇ ਦਾਤ ਬਹੁਤ ਵੱਡਾ ਟੱਕ ਲੱਗਾ, ਨਹੀਂ ਮਾਰਿਆ ਟੱਕ ਮੇਰੇ ਕੋਲ ਲੱਗ ਗਿਆ ਜੀ, ਮੈਂ ਗੁੱਸੇ ਦੇ ਵਿੱਚ ਨਹੀਂ ਮਾਰਿਆ, ਠੀਕ ਹੈ, ਨਹੀਂ ਤਾਂ ਇਹਨੇ ਮੇਰਾ ਸਿਰ ਪਾੜ ਦੇਣਾ ਸੀ, ਮੈਨੂੰ ਮਾਰ ਦੇਣਾ ਸੀਗਾ ਜੀ, ਇਹ ਆ ਜੀ, ਮੈਂ ਫਲੌਰ ਦਾ ਰਹਿਣ ਵਾਲਾ ਜੀ। ਸਾਡੇ ਕੋਲ ਲੜਾਈ ਝਗੜੇ ਦਾ ਮਾਮਲਾ ਜੀ, ਦੋ ਜਣੇ ਆ, ਉਮਰ ਤਕਰੀਬ 25-26 ਸਾਲ ਦੀ ਉਮਰ ਹੈਗੀ ਆ, ਫਲੌਰ ਵਿੱਚ ਲੜਾਈ ਹੋਈ ਆ, ਮਾਤਾ ਵੈਸ਼ਨੋ ਦੇਵੀ ਦਾ ਚੌਂਕ ਜਿਹੜਾ ਉੱਥੇ ਲੜਾਈ ਹੋਈ ਆ, ਤੇ ਪੇਸ਼ੈਂਟ ਦਾ ਮੁੱਢਲੀ ਸਹਾਇਤਾ ਅਸੀਂ ਦੇ ਦਿੱਤੀ ਆ, ਤੇ ਬਾਕੀ ਜਿਹੜੀ ਸੱਟਾਂ MLR ਕੱਟ ਦਿੱਤੀ ਆ, ਤੇ ਜਿਹੜੀ ਸੱਟਾਂ ਕੁਛ ਸੱਟਾਂ ਐਕਸਰੇ ਦੀ ਅਬਜ਼ਰਵੇਸ਼ਨ ਰੱਖੀ ਆ, ਐਕਸਰੇ ਤੋਂ ਬਾਅਦ ਹੀ ਡਿਕਲੇਅਰ ਕੀਤੇ ਜਾਣਗੇ ਆ, ਲੜਕੇ ਤੇ ਕਾਫੀ ਇੰਜਰੀ ਸ਼ਾਰਪ ਵੈਪਨ ਨਾਲ ਲੱਗਾ ਹੈਗਾ ਇੰਜਰੀ, ਤੇ ਦੂਸਰਾ ਜਿਹੜੀ ਉਹਦੀ ਸੱਟ ਵਾ ਕਿੱਦਾਂ ਦੀ ਆ, ਬਾਕੀ ਆਪਾਂ ਉਹ ਐਕਸਰੇ ਦੀ ਰਿਪੋਰਟ ਤੋਂ ਬਾਅਦ ਹੀ ਡਿਕਲੇਅਰ ਕਰਾਂਗੇ।